ਆਇਆ ਸੀ ਤੁਹਾਡੇ ਨਾ? ਮੈਂ ਪੱਠੇ ਕੱਢਣ ਗਿਆ ਸੀ। ਹਾਂ ਮੈਂ ਇਹਨਾਂ ਦੀ ਮਕਾਈ ਚ ਨਹੀਂ ਵੜਿਆ। ਅੱਛਾ ਤੇ ਇਹਨਾਂ ਨੇ ਮੈਨੂੰ ਫੜ ਕੇ ਲੈ ਕੇ ਦੇ ਦਿੱਤੇ। ਅੱਛਾ ਦੇ ਦਿੱਤੇ ਇਹਨਾਂ ਨੇ ਮੈਨੂੰ ਬੰਨਿਆ ਬੁੰਨਿਆ ਵਾ। ਅੱਛਾ ਮੇਰਾ ਪਾਇਆ ਮਸੀਹ ਸੀ, ਉਹਨੇ ਮੈਨੂੰ ਬੰਨਿਆ ਬੁੰਨਿਆ ਵਾ। ਅੱਛਾ ਜਾ ਕੇ ਮਾਰਿਆ ਵਾ। ਫਿਰ ਮੇਰਾ ਭਾਈ ਤੇ ਮੇਰੀ ਮੰਮਾ ਗਏ ਛਡਾਉਣ। ਅੱਛਾ ਭਾਈ ਮੇਰਾ ਨਾ ਮੰਮਾ ਨੇ ਗਾਲਾਂ ਕੱਢਣ ਦੇ ਸ਼ਾਨ ਮਾਲਕ। ਅੱਛਾ ਤੇ ਉਹਨੇ ਗਾਲਾਂ ਕੱਢਣ ਦੇ ਭਾਈ ਮੇਰੇ ਨਾ ਉਹਨਾਂ ਨੂੰ ਕਹਿ ਕੇ ਭਾਜਿਆ। ਫਿਰ ਉਹ ਆਏ ਆ ਇਹਨਾਂ ਨੂੰ ਘਰੋਂ ਚੱਕ ਕੇ ਲਾ ਗਏ ਉਮਰ ਨੂੰ ਤੇ ਭਾਈ ਨੂੰ, ਉਹ ਜਾ ਕੇ ਇਹਨਾਂ ਨੇ ਬੰਨਿਆ ਵਾ ਤੇ ਮਾਰਿਆ ਕੁੱਟਿਆ। ਸਹੀ ਸਿਰ ਮੁੰਨ ਤੇ ਸਿਰ ਵੀ ਮੁੰਨ ਤੋਂ ਦੇਖ ਮੋਚ ਵੀ ਲਾ ਦਿੱਤੀ। ਆ ਭਾਈ ਦੀ ਉਮਰ ਦੀ? ਹਾਂਜੀ ਆ ਲੈ ਭਾਈ। ਅੱਛਾ ਹੈ ਉਮਰ ਇਦਾਂ ਹੀ ਇਦਾਂ ਹੀ? ਅੱਛਾ ਕਿਵੇਂ ਇੱਥੋਂ ਘਰੋਂ ਗਏ ਦੋਨੇ? ਮੈਂ ਤੇ ਮੇਰੀ ਮੰਮੀ ਗਏ। ਅੱਛਾ ਇਹਨੂੰ ਛਡਾਉਣ ਵਾਸਤੇ? ਅੱਛਾ ਤੇ ਉੱਥੇ ਗਏ ਹਾਂ ਤੇ ਸ਼ਾਨ ਨੂੰ ਕਿਹਾ ਕਿ ਸਾਡੇ ਨਿਆਣੇ ਦੇ ਦਿਓ। ਹਾਂ ਉਹ ਕਹਿੰਦਾ ਕਿ ਨਿਆਣੇ ਲੈ ਜਾਓ ਤੇ ਅਸੀਂ ਕਿਹਾ ਸਾਡੀ ਦਾਤਰੀ ਵੀ ਦੇ ਦਿਓ। ਅੱਛਾ ਕਹਿੰਦੇ ਨਹੀਂ ਦਾਤਰੀ ਨਹੀਂ ਦੇ। ਅੱਛਾ ਤੇ ਸ਼ਾਨ ਅੱਗੋਂ ਗਾਣਾ ਕੱਢਣ ਲੱਗ ਗਿਆ ਸਾਨੂੰ ਮਾਮੀ ਮੇਰੀ ਨੂੰ। ਤੇ ਮੈਂ ਸ਼ਾਨ ਨੂੰ ਕਿਹਾ ਕਿ ਸ਼ਾਨ ਗਾਣਾ ਕੱਢ ਤੇ ਸਾਨੂੰ ਜਾਣ ਦੇ। ਉਹਨੇ ਮੈਨੂੰ ਫੜਿਆ ਵਾ, ਦੋ ਮੇਰੇ ਚਪੇੜਾਂ ਮਾਰੀਆਂ ਤੇ ਮੈਨੂੰ ਘਰ ਨੂੰ ਭੇਜ ਦਿੱਤਾ। ਤੇ ਫਿਰ ਪਿੱਛੋਂ ਉਹਨੇ ਬੰਦੇ ਭੇਜੇ ਆ। ਅੱਛਾ ਬੰਦੇ ਭੇਜੇ ਤੇ ਫਿਰ ਮੈਨੂੰ ਇੱਥੋਂ ਘਰੋਂ ਚੱਕ ਕੇ ਲੈ ਗਏ। ਆ ਵੀ ਨਾਲ ਆਇਆ ਤੇ ਇੱਥੋਂ ਘਰੋਂ ਚੱਕ ਕੇ ਲੈ ਕੇ ਮੈਨੂੰ ਉੱਥੇ ਗਏ ਤੇ ਫਿਰ ਉਹਨਾਂ ਨੇ ਬੰਨਿਆ ਮੈਨੂੰ ਉੱਥੇ। ਬੰਨ ਕੇ ਮੈਨੂੰ ਮਾਰਿਆ ਸੈਪਾਂ ਦੇ ਨਾਲ ਤੇ ਮੁੜਕ ਮੇਰੀ ਇੱਕ ਮੂੰਛ ਮੁੰਨ ਦਿੱਤੀ ਤੇ ਸਿਰ ਮੁੰਨ ਦਿੱਤੀ। ਸਹੀ। ਅੱਛਾ ਜੀ ਹਾਂਜੀ ਚਾਚੂ ਤੁਸੀਂ ਦੱਸੋ ਕੀ ਹੋਇਆ? ਮੈਂ ਅਮਜਦ ਮਸੀਹ ਮੇਰਾ ਨਾਮ ਹੈ ਜਨਾਬ। ਅੱਛਾ ਮੈਂ ਕਣਕ ਤੇ ਗਿਆ ਸਾਂ ਕਣਕ ਵੱਢਣ। ਹਾਂਜੀ ਮੈਂ ਕਰਨੇ ਸਾਂ। ਸਹੀ। ਮੈਨੂੰ ਫੋਨ ਗਿਆ ਕਿ ਤੇਰੇ ਬੱਚੇ ਨੂੰ ਇੰਜਾਂ ਦੇ ਮਲਕਾਂ ਨੇ ਬੰਨ ਲਿਆ ਹੈ। ਹਾਂਜੀ ਤੇ ਉਹਦਾ ਪਤਾ ਕਰ ਲਓ ਜਾ ਕੇ। ਅੱਛਾ ਮੈਂ ਘਰ ਫੋਨ ਕੀਤਾ ਘਰ ਵਾਲੀ ਨੂੰ। ਮੈਂ ਕਿਹਾ ਜਾ ਯਾਰ ਮਲਕਾਂ ਨੇ ਮੁੰਡੇ ਨੂੰ ਬੰਨਿਆ ਉੱਥੇ ਤੇ ਉਹਨੇ ਚੜਾ ਕੇ ਲਿਆ। ਹਾਂ ਇਹ ਮੁੰਡਾ ਉਮਰ ਭਣ ਜਾ ਮੇਰਾ ਗਿਆ ਜੀ ਉਹਨਾਂ ਨੂੰ ਲੈਣ ਵਾਸਤੇ। ਅੱਛਾ ਜੀ ਤੇ ਅੱਗੋਂ ਮੇਰੇ ਘਰ ਵਾਲੀ ਨੂੰ ਵੀ ਗਾਲਾਂ ਗੁਲਾਂ ਕੱਢਣ ਲੱਗ ਗਏ ਭਣ ਜੇ ਮੇਰੇ ਨੂੰ ਵੀ ਫੜ ਕੇ ਹੱਥੀ ਬੱਕੀ ਪਏ ਇਹ ਛੁੱਟਿਆ ਤੇ ਨਸ ਆਇਆ। ਉਹ ਮਗਰ ਹੀ ਆਏ ਨੇ ਮਲਕ ਛਾਨ ਸਾਹਿਬ ਵੀ ਤੇ ਨਾਲ ਉਹਦੇ ਮੁਲਾਜ਼ਮ ਮੁਲਾਜ਼ਮ ਤੈਨੂੰ ਘਰੋਂ ਇੱਥੋਂ ਚੁੱਕ ਕੇ ਤੇ ਲੈ ਗਏ ਆ। ਇਹਨੂੰ ਜਾ ਕੇ ਮਾਰਿਆ ਕੁੱਟਿਆ ਇਹਨੂੰ ਬੰਨਿਆ ਪੈਪਾਂ ਨਾਲ ਮਾਰਦੇ ਮੂਰਦੇ ਰਹੇ ਤਸ਼ੱਦਦ ਕਰਦੇ ਰਹੇ ਇਹਦੇ ਤੇ। ਅੱਛਾ ਤੇ ਖੁਰਲੀ ਦੇ ਨਾਲ ਜਾਨਵਰਾਂ ਵਾਲੇ ਬਾੜੇ ਦੇ ਵਿੱਚ ਇਹਨਾਂ ਨੂੰ ਬੰਨੀ ਰੱਖਿਆ ਤੇ ਜਨਾਬ ਮਾਰਦੇ ਕੁੱਟਦੇ ਰਹੇ ਇਹਦੇ ਕੋਲ ਮਾਫੀਆਂ ਤੇ ਪੈਰਾਂ ਤੇ ਸਿਰ ਤੇ ਮੱਥੇ ਰਖਾਉਂਦੇ ਰਹੇ ਇਹਦੇ ਕੋਲੋਂ। ਤੇ ਜਨਾਬ ਸਾਡੇ ਦਰਖਾਸਤ ਆ ਜੀ ਆਈ ਪੰਜਾਬ ਨੂੰ ਆਈ ਜੀ ਪੰਜਾਬ ਨੂੰ ਕਿ ਸਾਡੀ ਦਰਖਾਸਤ ਤੇ ਅਮਲ ਬਰਾਮਦ ਕੀਤਾ ਜਾਏ ਸਾਨੂੰ ਕੋਈ ਇਨਸਾਫ਼ ਦਿਲਾਇਆ ਜਾਏ ਜਨਾਬ। ਅਸੀਂ ਗਰੀਬ ਬੰਦੇ ਅਸੀਂ ਨਹੀਂ ਲੜ ਸਕਦੇ ਇਹਨਾਂ ਨਾਲ। ਇਹ ਸਾਨੂੰ ਅੱਗੇ ਵੀ ਇਹਨਾਂ ਦੋ ਚਾਰ ਵਾਕਿਆ ਕੀਤੇ ਬਸਤੀ 'ਚ ਮੁੰਡਿਆਂ ਦੇ ਨਾਲ ਤੇ ਜਨਾਬ ਅਸੀਂ ਤੇ ਇਹਨਾਂ ਨਾਲ ਨਹੀਂ ਲੜ ਸਕੇ ਮਿੰਨਤ ਕਰਕੇ ਜਾਨ ਹੀ ਛਡਾਉਂਦੇ ਰਹੇ ਹਾਂ। ਤੇ ਹੁਣ ਸਰ ਇਹਨਾਂ ਨੇ ਬਹੁਤ ਹੀ ਬਹੁਤ ਵੱਡੇ ਸਾਡੇ ਨਾਲ ਜ਼ਿਆਦਤੀ ਕਰ ਦਿੱਤੀ ਹੈ ਤੇ ਸਾਨੂੰ ਇਨਸਾਫ਼ ਚਾਹੀਦਾ ਹੈ। ਸਹੀ।